ਕੀ ਵਜ੍ਹਾ ਕੀ ਬਣ ਗਈ ਤੂੰ ਗੱਲ ਕਰਦਾ ਭਾਜੀ ਹੁਣ ਚੱਲ ਗੁੱਸਾ ਨਾ ਕਰ ਯਾਰ ਹਾਂ ਰੱਖ ਕਰੋ ਗੱਲ ਸੌਰੀ ਯਾਰ ਖਿਆਲ ਕਰ ਯਾਰ ਰੱਖਣ ਲੱਗਾ ਤੂੰ ਉੱਥੇ ਰੱਖਣਾ ਭਾਜੀ ਤੂੰ ਪਹਿਲਾਂ ਕਹਿ ਕੇ ਬੋਲ ਨਾ ਅਦਾਲਤ ਤੋਂ ਲੈ ਕੇ ਅਹਿਮਦ ਖਾਨ ਦੇ ਘਰ ਤੱਕ ਓਏ ਤੂੜ ਤੋਂ ਸਵਾ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਉਹ ਗੱਲ ਛੋੜ ਓਏ ਉਹ ਠਹਿਰ ਤੁਹਾਡਾ ਮੂੰਹ ਇੰਜ ਜਿਵੇਂ ਕੰਜਰਾਂ ਦੇ ਮੁੰਡੇ ਹੁੰਦੇ ਵਾਜੀ ਵਾ ਵਾਜੀ ਵਾ ਵਾਜੀ ਵਾ ਐਸਾ ਹੀ ਹੈ ਭਾਜੀ ਪੱਕੀ ਲੱਗੀ इस वीडियो वास्ते साडे नाल तावन कीता है जद्दा तो मदाम जमजम टू नाइट रेस्टोरेंट वाले ने जेडे अली पप्पू साहब ने साडे बहुत प्यारे भरा ने ते आओ हुण वीडियो वेखने हैं प्यास लगी जी भाजी प्यास लगी तू मेरा पानी पीना तेन और पानी नहीं नजर आ रहा पूरी दुनिया दे पानी पानी तू मेरी बोतल चुक पीनी पानी पानी की सलाब आया पूरी दुनिया मैनूं भी मेरी चाह भी कह देना क्यों भाजी तुसीं सत्याणे आए हो जिहड़े सत्याणे आवे उहनूं चाह पिउंदे चलो तो दूरों आया मेहमान असि तुम जानते भी नहीं है सत्याने तो सत्याने तो थोड़ा जा पिछे आए अद्धा कप आ जाओ तू आंदे यार सानू सत्याने आ गए यार सत्याने तुसी आप सत्याने बैठे यार कर जावां दा यार जावां दे यार साथ भाजी तुसी इधर आयो मैं भाजी ने गल करनी थोड़ी जी आयो की वजह की बन गई तू गल करदा भाजी चल गुस्सा ना कर यार हां रखो करो गल पाकिस्तानी चौक केड़ा जे भाजी इत्थे मेरा दोस्त रहिंदा एक अनीफ कौन नीफ नीफ अनीफ हाँ अच्छा फैसलाबाद तो आया ते प्रोड्यूसर हैगा प्रोड्यूसर ड्रामे शरामे लाउंदा ओ की लाउंदा ड्रामे भाजी लाउंदा इत्थे ते कनीफ रे देगा लाउंदा नहीं देगा भी लाउंदा नाल ड्रामे भी लाउंदा ड्रामे की लाउंदा यानी कि अनीफ आ परली गले जी बा ड्रामे काम सही नहीं करदा ड्रामे गंदे काम नहीं किसी जानते पाकिस्तानी चौक आजमी अंकल मन की दुकान अंकल मन अंकल मन की दुकान ਕਲਮਾਨੇ ਦੀ ਦੁਕਾਨ ਆ ਆਹੋ ਆਹੋ ਉਹੀ ਉਹੀ
ਦਾਲ ਟੈਪ ਜਿਹੜਾ ਦਾਲ ਲਾਉਂਦੇ ਨੇ ਹਨਾ ਦਾਲ ਟੈਪ ਨਹੀਂ ਲਾਉਂਦਾ ਦਾਲ ਹੀ ਲਾਉਂਦਾ ਅੰਕਲ ਮੰਦੀ ਦਾਲ ਜਿਹੜੀ ਡਿੱਬੇ ਨਾਲ ਡਿੱਬੇ ਨਾਲ ਉਹੀ ਉਹੀ ਭਾਜੀ ਤੇ ਉਹਨੂੰ ਮੈਂ ਮਿਲਣਾ ਭਾਜੀ ਕਿੱਥੇ ਮਿਲੇਗਾ ਅੰਕਲ ਮੰਨੇ ਨੂੰ ਨਹੀਂ ਅੰਕਲ ਮੰਨ ਤੇ ਫੌਤ ਹੋ ਗਿਆ ਤੇ ਫੇਰ ਕਿਹਨੂੰ ਮਿਲਣਾ ਨਾ ਉਹ ਨਹੀਂ ਫੇ ਜਿਹੜਾ ਨਹੀਂ ਉਹਨੂੰ ਮਿਲਣਾ ਹਾਂਜੀ ਉਹਨੂੰ ਪੁੱਛੋ ਹੁਲੀਆ ਦੱਸੋ ਹੁਲੀਆ ਭਾਜੀ ਉਹ ਲੰਮਾ ਜਿਹਾ ਹੈਗਾ ਯਾਰ ਹੁਲੀਆ ਕੀ ਉਹ ਜੇਬ ਕਤਰਾ ਯਾਰ ਮੈਨੂੰ ਇੱਕ ਦੋ ਨਹੀਂ ਪਰ ਮੈਂ ਵੀ ਜਾਣਦਾ ਉਹ ਲੰਮਾ ਜਿਹਾ ਹੈਗਾ ਸਿਪਾਹੀਆਂ ਵਰਗੀ ਕਟਾਂਗੇ ਉਹਦੀ ਉੱਚੀ ਉੱਚੀ ਅੱਡੀ ਵਾਲੀ ਹਯਾਮਤ ਉਹ ਇਹ ਬੰਦੇ ਨੂੰ ਮੈਂ ਨਹੀਂ ਜਾਣਦਾ ਮੈਨੂੰ ਦੱਸੋ ਭਾਜੀ ਨਿਸ਼ਾਨੀਆਂ ਨਿਸ਼ਾਨੀਆਂ ਭਾਜੀ ਉਹ ਕਿਹੜਾ ਗਵਾਚਾ ਨਿਸ਼ਾਨੀਆਂ ਦੱਸੋ ਨਾ ਨਹੀਂ ਹੁਣ ਦੇਂਜ ਕਾਫੀ ਤੇ ਨਹੀਂ ਭੇਗੇ ਨੇ ਭਾਜੀ ਉਹ ਨਾ ਲੰਮਾ ਜਿਹਾ ਹੈਗਾ ਉੱਚਾ ਜਿਹਾ ਕੱਦ ਦੇ ਉਹਦਾ ਬਲੈਕ ਜਿਹਾ ਕਲਰ ਹੈ ਅੱਛਾ ਤੇ ਮਤਲਬ ਜਵਾਨ ਜਿਹਾ ਲੱਗਦਾ ਸਿਪਾਹੀ ਪੁਲਿਸ ਵਾਲਾ ਲੱਗੇਗਾ ਤੁਹਾਨੂੰ ਕਟਿੰਗ ਛਟਿੰਗ ਉਹਦੀ ਇੰਜ ਦੀ ਕੰਮ ਉਹਦਾ ਕੀ ਹੈ ਕੰਮ ਭਾਜੀ ਸਟੇਜ ਡਰਾਮੇ ਲਾਉਂਦਾ ਪ੍ਰੋਡਿਊਸਰ ਓਏ ਉਹ ਜਿਹਦਾ ਲੰਮਾ ਕੱਦ ਦੇ ਆਹੋ ਆਹੋ ਸਲਿਮ ਜਿਹਾ ਹਾਂ ਹਾਂ ਫੌਜੀ ਕਟਿੰਗ ਹੈ ਆਹੋ ਆਹੋ ਤੇ ਇੰਜ ਬਿਲਕੁਲ ਜਰਾ ਭਾਈ ਜਿਹਨਾਂ ਦੇ ਜਵਾਨ ਜਿਹਾ ਹਾਂ ਹਾਂ ਨਹੀਂ ਉਹ ਨਹੀਂ ਇਹ ਜਿਹੜਾ ਮੈਂ ਸੋਚਣ ਦੇ ਉਹ ਨਹੀਂ ਉਹਦਾ ਨਹੀਂ ਪਤਾ ਤੇ ਭਾਜੀ ਇੱਥੇ ਤੁਸੀਂ ਕੀ ਕਰਨ ਦੇ ਇੱਥੇ ਯਾਰ ਮੇਲੀ ਬੈਠੇ ਨੇ ਚਾਚੇ ਮੰਨਦੇ ਉਹਨਾਂ ਰੋਟੀ ਛੋਟੀ ਖਾਧੀ ਹੈ ਦਾਲ ਖਾਧੀ ਹੈ ਤੁਸੀਂ ਹੁਣ ਚਾਹ ਪੀਣ ਲੱਗਾ ਸਾਰਿਆਂ ਖਾਧੀ ਹੈ ਤੁਸੀਂ ਹੋਟਲ ਬੰਦ ਬੰਦ ਲੱਗਣ ਦੇ ਤੁਸੀਂ ਕਾ ਕੇ ਭਾਜੀ ਤੁਸੀਂ ਡਰੈਸ ਪੁੱਛਣ ਆਏ ਹੋ ਜਾਂ ਚਾਚੇ ਮੰਨਦੇ ਦੀ ਰੋਟੀਆਂ ਗਿਣਨ ਆਏ ਹੋ ਨਹੀਂ ਨਹੀਂ ਡਰੈਸ ਪੁੱਛਣ ਆਇਆ ਭਾਜੀ ਮੈਨੂੰ ਦੱਸ ਦਿਓ ਇਹ ਵੇਖੋ ਨਾ ਮੇਰੇ ਕੋਲ ਇਹ ਪਤਾ ਲਿਖਿਆ ਭਾਜੀ ਹਨੀਫ ਇਛਰਾ ਪਾਕਿਸਤਾਨੀ ਚੌਕ ਇਹ ਤੇ ਨੀਵ ਅਛੂ ਲਿਖਿਆ ਵਾ ਪਿਛਲਾ ਭਾਜ ਲਿਖਿਆ ਯਾਰ ਆ ਯਾਰ ਸਬਰ ਕਰ ਲੈ ਤੈਨੂੰ ਪੜਨਾ ਆਉਂਦਾ ਨਹੀਂ ਤੈਨੂੰ ਮੈਂ ਕਿਹਾ ਵੀ ਨਹੀਂ ਭਾਜੀ ਐਡਰੈਸ ਲਈ ਫਿਰਦੇ ਹੋ ਪੜਨਾ ਨਹੀਂ ਆਉਂਦਾ ਹਾਂਜੀ ਗੱਲ ਕਰ ਲੋ ਉਰਦੂ ਚ ਲਿਖਿਆ ਤੇ ਪੜਨਾ ਨਹੀਂ ਆਉਂਦਾ ਆ ਦੱਸੋ ਨਾ ਤੁਸੀਂ ਗੱਲ ਕਰਨ ਵਾਲੀ ਆ ਮੇਰੀ ਗੱਲ ਸੁਣੋ ਜਦੋਂ ਬੰਦਾ ਘਰੋਂ ਨਿਕਲਦਾ ਤਾਂ ਬੰਦਾ ਸੋਚ ਸਮਝ ਕੇ ਨਿਕਲਦਾ ਹਾਂਜੀ ਕਿਹਾ ਕਿ ਪੜਨਾ ਨਹੀਂ ਆਉਂਦਾ ਤੇ ਦੱਸੋ ਨਾ ਕੀ ਇਹ ਤੇ ਭਾਜੀ ਇਹੋ ਜਿਹੀ ਕਹਿ ਰਿਹਾ ਕਿ ਪੜਨਾ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਨਾ ਉਹ ਦੱਸੇਗਾ ਐਡਾ ਵੱਡਾ ਮੂੰਹ ਬਗੈਰ ਤਲੀਮ ਤੋਂ ਕੀਤਾ ਯਾਰ ਜਿੱਡਾ ਤੇਰਾ ਮੂੰਹ ਹੈ ਤੈਨੂੰ ਤਾਂ ਕਾਲਾ ਇਲਮ ਵੀ ਆਉਣਾ ਚਾਹੀਦਾ ਯਾਰ ਕੌਣ ਫਜ਼ੂਲ ਜਿਹਾ ਬੰਦਾ ਇਹ ਸਾਡਾ ਦੋਸਤ ਹੈ ਯਾਰ ਮਾੜਾ ਜਿਹਾ ਥੱਲੇ ਬੈਠੋ ਇਹ ਮੈਨੂੰ ਇੱਕੋ ਇਦਾਂ ਲੱਗਣ ਦਾ ਮੈਂ ਗੈਂਡੇ ਚੂਹੇ ਦੇ ਕੱਟ ਵੇਖਣ ਦਿਆ ਭਰਾਵਾ ਅੱਲਾ ਤੈਨੂੰ ਭਾਗ ਲਾਵੇ ਜਿਉਂਦਾ ਰਹੇ ਤੇਰੇ ਲਾਫਟਰਾਂ ਚ ਬਰਕਤ ਹੋਵੇ ਬਰਕਤ ਪਾਵੇ ਭਾਜੀ ਆਮੀਨ ਤੇ ਇਹ ਦੱਸੋ ਕੀ ਹੈ ਇਹ ਜਿਹੜਾ ਨਹੀਂ ਬਣ ਇਹਨੂੰ ਨਹੀਂ ਮੈਂ ਜਾਣਦਾ ਯਾਰ ਤੂੰ ਆਪਣੀਆਂ ਘੜੀਆਂ ਕੱਢ ਜਿਹੜੀਆਂ ਵੇਚਣੀਆਂ ਹੀ ਵੇਚ ਉਹ ਘੜੀਆਂ ਕਿਹੜੀਆਂ ਭਾਜੀ ਕੱਪੜਿਆਂ ਵਾਲਾ ਬੈਗ ਹੈ ਇਹਦਾ ਕੱਪੜਿਆਂ ਦਾ ਬੈਗ ਹੈ ਯਾਰ ਮੈਂ ਭਾਜੀ ਸਰਗੋਧੇ ਆਇਆ ਜੀ ਕਿੱਥੋਂ ਆਏ ਹੋ ਸਰਗੋਧੇ ਮੁੜ ਜਾਓ ਉਧਰ ਨੂੰ ਕਿਉਂ ਕੀ ਗੱਲ ਮੀਂਹ ਤੁਹਾਡਾ ਇੱਥੇ ਨੀਰਾ ਲੱਭਣ ਡਿਆ ਸਰਗੋਧੇ ਦਾ ਤੇ ਕਿੰਨੂ ਬੜਾ ਮਸ਼ਹੂਰ ਹੈ ਤੇ ਤੁਸੀਂ ਕਿੱਧਰ ਆ ਗਏ ਕਿੰਨੂ ਵੀ ਮਸ਼ਹੂਰ ਹੈ ਸਰਗੋਧੇ ਦੇ ਲੇਲੇ ਵੀ ਮਸ਼ਹੂਰ ਨੇ ਤੁਸੀਂ ਕੀ ਲੈਣਾ ਜੀ ਸਰਗੋਧੇ ਦੇ ਵੇਲੇ ਵੀ ਬੜੇ ਮਸ਼ਹੂਰ ਨੇ ਆ ਤੇ ਸਾਡਾ ਦਿਮਾਗ ਕਾਣ ਆ ਗਿਆ ਸਰਗੋਧੇ ਦੇ ਠੇਲੇ ਵੀ ਬੜੇ ਮਸ਼ਹੂਰ ਨੇ ਉਹ ਸਰਗੋਧੇ ਦੇ ਚੇਲੇ ਵੀ ਬੜੇ ਮਸ਼ਹੂਰ ਨੇ ਸਰਗੋਧੇ ਦੇ ਪਤੀਲੇ ਵੀ ਬੜੇ ਮਸ਼ਹੂਰ ਨੇ ਸਰਗੋਧੇ ਦੇ ਪਤੀਲੇ ਨਹੀਂ ਤਬੇਲੇ ਵੀ ਬੜੇ ਮਸ਼ਹੂਰ ਨੇ ਤੇ ਬਾਜੀ ਤੁਸੀਂ ਸਰਗੋਧੇ ਗਏ ਕਦੀ ਬੜੀ ਯਾਰੀ ਲੈ ਕਿਵੇਂ ਕਿਵੇਂ ਕੀ ਗੱਡੀ ਤੇ ਗਿਆ ਨਹੀਂ ਸਰਗੋਧੇ ਤੁਸੀਂ ਸ਼ਹਿਰ ਚ ਰਹਿੰਦੇ ਕਿ ਪਿੰਡ ਚ ਰਹਿੰਦੇ ਮੈਂ ਭਾਜੀ ਸ਼ਹਿਰ ਚ ਰਹਿਣਾ ਤੁਸੀਂ ਚੋਰੀ ਕਰਨੀ ਜਿੱਥੇ ਵੀ ਰਹਿੰਦਾ ਹੋ ਨਹੀਂ ਸ਼ਹਿਰ ਚ ਤੁਸੀਂ ਰਹੇ ਇੰਨਾ ਨਹੀਂ ਪੜੇ ਲਿਖੇ ਕਿ ਉੱਤੇ ਲਿਖਿਆ ਕੀ ਆ ਨਹੀਂ ਭਾਜੀ ਇਛਰਾ ਲਿਖਿਆ ਉਹ ਬੜਾ ਇਛਰਾ ਚ ਰਹਿ ਕੇ ਬੀਐਮ ਕਰ ਲਿਆ ਇਹ ਵੇਖੋ ਨਾ ਹਨੀਫ ਇਛਰਾ ਪਾਕਿਸਤਾਨੀ ਚੌਕ ਓ ਯਾਰ ਪੂਰਾ ਐਡਰੈਸ ਲਿਖਦਾ ਗਲੀ ਨੰਬਰ ਮਕਾਨ ਨੰਬਰ ਟੈਲੀਫੋਨ ਨੰਬਰ ਤਾਂ ਕੋਈ ਮੋਬਾਈਲ ਨੰਬਰ ਹੈ ਹੀ ਕਿਹਦਾ ਹਨੀਫ ਦਾ ਹਾਂ ਮੋਬਾਈਲ ਨੰਬਰ ਭਾਜੀ ਹੈ ਨਹੀਂ ਦੱਸ ਮੋਬਾਈਲ ਨੰਬਰ ਹੈ ਨਹੀਂ ਹੈਗਾ ਕਿਉਂ ਨਹੀਂ ਹੈਗਾ ਤੇ ਤੁਸੀਂ ਰੋਟੀ ਖਾ ਲਈ ਭਾਜੀ ਰੋਟੀ ਖਾ ਲਈ ਭਾਜੀ ਮੇਰੀ ਗੱਲ ਸੁਣੋ ਹਨੀਫ ਡਰਾਮੇ ਲਾਉਂਦਾ ਹੈ ਹਾਂਜੀ 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 ਡਰਾਮੇ ਲਾਉਂਦਾ ਪੈਂਟ ਸ਼ਰਟ ਪਾਉਂਦਾ ਹੋਏਗਾ ਪੈਂਟ ਸ਼ਰਟ ਵੀ ਪਾਉਂਦਾ ਸ਼ਲਵਾਰ ਕਮੀਜ਼ ਵੀ ਪਾਉਂਦਾ ਭਾਜੀ ਉੱਚਾ ਲੰਬਾ ਜਿਹਾ ਕੱਦ ਹੈ ਆਹੋ ਆਹੋ ਫੌਜੀ ਕਟਿੰਗ ਹੈ ਫੌਜੀ ਕਟਿੰਗ ਮੈਂ ਕਹਿ ਵੀ ਰਿਹਾ ਵਾਂ ਇੰਨੀ ਦੇਰ ਤੱਕ ਨਹੀਂ ਪਤਾ ਹੁੰਦਾ ਨਹੀਂ ਹੁੰਦਾ ਨਹੀਂ ਪਤਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਅੱਛਾ ਜਿਹੜਾ ਉੱਚੇ ਜੇ ਕੱਦ ਦਾ ਫੌਜੀ ਕਟਿੰਗ ਹੈ ਉਹਦੀ ਹਾਂ ਹਾਂ ਤੇ ਸ਼ਲਵਾਰ ਕਮੀਜ਼ ਵੀ ਪਾਉਂਦਾ ਪੈਂਟ ਵੀ ਪਾਉਂਦਾ ਆਹੋ ਉਹਦਾ ਨਹੀਂ ਪਤਾ ਤੁਹਾਨੂੰ ਨਹੀਂ ਹੁੰਦਾ ਨਹੀਂ ਪਤਾ ਭਾਜੀ ਜਿਹਦਾ ਪਤਾ ਉਹ ਦੱਸ ਦੇ
ਭਾਜੀ ਹੱਥ ਚਲਾ ਕੇ ਕਿਉਂ ਕਰਦੇ ਤੁਸੀਂ ਭਾਈ ਨੇ ਮੇਰਾ ਤੁਸੀਂ ਟਾਈਮ ਜ਼ਾਇਆ ਕਰਨ ਦੇ ਪਰਦੇਸੀ ਆਦਮੀ ਹਾਂ ਟਾਈਮ ਨਹੀਂ ਜ਼ਾਇਆ ਕਰਦੇ ਹੁਣ ਦੱਸੋ ਮੈਂ ਪਹਿਚਾਣ ਅਨੀਫ ਭਾਜੀ ਪ੍ਰੋਡਿਊਸਰ ਹੈਗਾ ਡਰਾਮੇ 'ਚ ਕੰਮ ਕਰਦਾ ਅੱਛਾ ਫੈਸਲਾਬਾਦ ਦਾ ਰਹਿਣ ਵਾਲਾ ਤੇ ਇੱਥੇ ਇਛਰੇ ਪਾਕਿਸਤਾਨੀ ਚੌਕ ਦੇ ਵਿੱਚ ਉਹਦਾ ਘਰ ਹੈ ਅੱਛਾ ਤੇ ਕੰਮ ਕੀ ਕਰਦਾ ਅੱਗੇ ਮੈਂ ਦੱਸਿਆ ਨਹੀਂ ਭਾਜੀ ਡਰਾਮੇ ਲਾਉਂਦਾ ਡਰਾਮੇ ਤੇ ਕਰਦਾ ਯਾਰ ਮੇਰੀ ਗੱਲ ਸੁਣ ਡਰਾਮੇ ਤੇ ਉਹ ਲਾਉਂਦੇ ਜਿਹੜੇ ਕੰਮ ਚੋਰ ਹੁੰਦੇ ਨੇ ਕਿਉਂ ਡਰਾਮੇ ਲਾਉਂਦਾ ਕੰਮ ਨੂੰ ਕਿਆ ਕਰ ਕੰਮ ਕਰਿਆ ਕਰ ਤੇਰਾ ਯਾਰ ਨਹੀਂ ਇੱਕ ਭਾਜੀ ਹੁੰਦਾ ਮੱਲੇ 'ਚ ਡਰਾਮੇ ਲਾਉਣੇ ਆਹੋ ਇੱਕ ਹੁੰਦਾ ਜਿਹੜੇ ਵੀ ਕਮਰਸ਼ੀਅਲ ਡਰਾਮੇ ਲਾਉਣੇ ਜਿਹੜੇ ਥੀਏਟਰਾਂ ਦੇ ਅੰਦਰ ਹੀ ਡਰਾਮੇ ਲਾਉਂਦੇ ਨੇ ਹਾਂਜੀ ਹਾਂਜੀ ਉਹ ਥੀਏਟਰ ਦੇ ਕੰਮ ਨਹੀਂ ਨਾ ਕਰਦਾ ਹੋਣਾ ਉੱਥੇ ਵੀ ਡਰਾਮੇ ਲਾਉਂਦਾ ਹੋਣਾ ਕੰਮ ਚੋਰੀ ਵਾਸਤੇ ਭਾਜੀ 50 ਦੀ ਹੋ ਗਈ ਏ 50 ਦੀ ਹੋ ਗਈ ਏ ਮੇਰੀ ਗੱਲ ਸੁਣੋ ਯਾਰ ਤੂੰ ਪੁੱਛੇ ਬਗੈਰ ਪਾਣੀ ਪੀਵੀ ਜਾਂਦਾ ਯਾਰ ਤੂੰ ਸਾਨੂੰ ਪਿਆਸ ਲੱਗੀ ਗੱਲ ਸੁਣੋ ਤੁਹਾਡੀ ਜੇਬ ਵਿੱਚ 50 ਰੁਪਏ ਹੈ ਹਾਂਜੀ ਹੈ ਭਾਜੀ ਤੇ ਪਾਣੀ ਉਹ ਤੋਂ ਮੁੱਲ ਲੈ ਕੇ ਨਹੀਂ ਪੀ ਸਕਦੇ ਮੈਨੂੰ ਦੁਕਾਨ ਦਾ ਨਹੀਂ ਨਾ ਪਤਾ ਕਿੱਥੋਂ ਲੈਣੇ ਯਾਰ ਤੂੰ ਤੈਨੂੰ ਨਜ਼ਰ ਨਹੀਂ ਆਉਂਦਾ ਪਤਾ ਹੈ ਨਾ ਹਨੀਫ ਦਾ ਪਤਾ ਹੈ ਓਏ ਯਾਰ ਤੁਹਾਨੂੰ ਹਨੀਫ ਦਾ ਨਹੀਂ ਯਾਦ ਰਿਹਾ ਉਹ ਭਾਜੀ ਮੇਰੀ ਗੱਲ ਸੁਣ ਇੱਥੇ ਬੈਠੋ ਹੁਣ ਸਮਝ ਆਈ ਓਏ ਉਹ ਵਾਪਸ ਰਹਿਣਾ ਫੈਸਲਾਬਾਦ ਚਲਾ ਗਿਆ ਆਪਣੇ ਭਾਈ ਇਲਾਕੇ 'ਚ ਫੈਸਲਾਬਾਦ ਚਲਾ ਗਿਆ ਆਹੋ ਤੇ ਭਾਜੀ ਫਿਰ ਉਹਨੂੰ ਕਿਵੇਂ ਮਿਲਾਂਗੇ ਹੁਣ ਤਾਂ ਰਾਤ ਵੀ ਹੋਣ ਵਾਲੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਫੈਸਲਾਬਾਦ ਮੈਨੂੰ ਲੈ ਜਾਓ ਕਿਉਂ ਮੈਨੂੰ ਛੱਡਿਓ ਉਹਦੇ ਕੋਲ ਤੁਸੀਂ ਅੰਨੇ ਹੋ ਭਾਜੀ ਤੁਹਾਨੂੰ ਸਵਾਬ ਹੋਏਗਾ ਨਾ ਸਵਾਬ ਮੈਂ ਤੇਰਾ ਹੱਥ ਫੜ ਕੇ ਲੈਂ ਤੈਨੂੰ ਰਾਹ ਨਹੀਂ ਪਤਾ ਕਿਸੇ ਪਰਦੇਸੀ ਸਰ ਕੋਜੋ ਲਾਹੌਰ ਤੱਕ ਆ ਗਿਆ ਲਾਹੌਰੋਂ ਤੈਨੂੰ ਫੈਸਲਾਬਾਦ ਜਾਣ ਕੇ ਮੌਤ ਪੈਂਦੀ ਮੈਨੂੰ ਆਇਆ ਘਰ ਨਹੀਂ ਲੱਭਾ ਤੇ ਉੱਥੋਂ ਮੈਂ ਕਿਵੇਂ ਲੱਭਾਂ ਮੈਂ ਤੁਹਾਨੂੰ ਲੈ ਜਾਵਾਂਗਾ ਲੇਕਿਨ ਮੈਂ ਤੁਹਾਨੂੰ ਭਾਜੀ ਉਹ ਯਾਰ ਕੀ ਹੋ ਗਿਆ ਯਾਰ ਇਨਸਾਨ ਦਾ ਹੀ ਬੱਚਾ ਮੈਂ ਸਮਝਿਆ ਮਦਰਸੇ ਦਾ ਚੂਹਾ ਫਿਰਨ ਦੇ ਨਹੀਂ ਇਹਦੇ ਕੋਲੋਂ ਡਰੋ ਨਾ ਇਹ ਤੁਹਾਡਾ ਬਚਪਨ ਹੈ ਅੱਛਾ ਮੈਂ ਤੁਸੀਂ ਭਾਜੀ ਗੱਲ ਵਧਾ ਰਹੇ ਹੋ ਮੇਰਾ ਹਿਸਾਬ ਤੁਸੀਂ ਵਧਾ ਯਾਰ ਦੇਖ ਭਰਾ ਤੂੰ ਵੇਖ ਤੈਨੂੰ ਕੁਝ ਤੂੰ ਕੁਝ ਬੇਵਕੂਫ ਜਿਹਾ ਲੱਗ ਰਿਹਾ ਇਹਨੂੰ ਨਹੀਂ ਇਹਨੇ ਜਾਣ ਨਹੀਂ ਛੱਡਣੀ ਨੂੰ ਗਲਤ ਰਾਏ ਪਾ ਦੇ ਲਿਖਿਆ ਵਾ ਕਿ ਸਾਨੂੰ ਇਹਨਾਂ ਇਲਾਕਿਆਂ ਦਾ ਨਹੀਂ ਪਤਾ ਤੇ ਆਦਾ ਤੁਸੀਂ ਆਪਣੇ ਇਲਾਕੇ ਦੇ ਵਿੱਚ ਵਾਪਸ ਚਲੇ ਓਏ ਛੱਡ ਐਨੀ ਦੇਰ ਦਾ ਅੱਗੇ ਕਹਿੰਦੇ ਨੇ ਕਿ ਲੋਰੀ ਜਿਹੜਾ ਨਾ ਸਹੀ ਰਸਤਾ ਨਹੀਂ ਦੱਸਦੇ ਹੈਗੇ ਆਹੋ ਯਾਰ ਭਾਜੀ ਬੈਠੋ ਇੱਥੇ ਮੈਂ ਬੈਠਾ ਤੂੰ ਤੁਸੀਂ ਮੈਨੂੰ ਇੱਥੇ ਬੈਠੋ ਨਾ ਭਾਜੀ ਉੱਤੇ ਵੇਖ ਰਹੇ ਨੇ ਭੁੱਲੇ ਉੱਤੇ ਵੇਖ ਥੱਲੇ ਬਹਿ ਨਾ ਥੱਲੇ ਯਾਰ ਸਰ ਕੋਦੇ ਡਰਾਉਣਾ ਆ ਮੂੰਹ ਤੇ ਤੁਹਾਡਾ ਵੀ 18 ਬੰਦੇ ਆ ਜਿੱਡਾ ਭਾਜੀ ਅੱਛਾ ਗੱਲ ਸੁਣ ਇਹ ਤਾਂ ਮੇਰੀ ਗੱਲ ਸੁਣ ਆ ਤੂੰ ਪੜ੍ਹਿਆ ਲਿਖਿਆ ਬੰਦਾ ਹਾਂਜੀ ਤੇ ਕੈਸਾ ਬੇਵਕੂਫ ਇਨਸਾਨ ਹੈ ਕਿ ਕਾਗਜ਼ ਜਿਹੜਾ ਵਾ ਕਾਪੀ ਦਾ ਵਰਗਾ ਪਾੜ ਕੇ ਲਿਆ ਇਹ ਇੰਗਲਿਸ਼ ਦਾ ਉੱਤੇ ਧੂੜ ਤੂੰ ਲਿਖੀ ਭਾਜੀ ਮੈਂ ਪਤਾ ਹੀ ਕਰਨਾ ਮੈਂ ਕਿਹੜਾ ਪੇਪਰ ਦੇਣਾ ਸੀ ਮੈਂ ਐਡਰੈਸ ਲਿਖਵਾਇਆ ਮੈਂ ਆ ਗਿਆ ਤੇ ਉਹ ਯਾਰ ਹਨੀਫ ਆਪਣੇ ਭਾਜੀ ਸਾਡੇ ਵੱਡੇ ਸਨ ਇੱਥੇ ਹੁੰਦੇ ਸਨ ਐਵੇਂ ਦਾ ਸ਼ੁਗਰ ਲੱਗਿਆ ਮੈਂ ਭਾਜੀ ਅਸਲ 'ਚ ਪਤਾ ਕੀ ਸਰਗੋਤੇ ਮੈਂ ਆਇਆ ਡਰਾਮੇ 'ਚ ਕੰਮ ਕਰਨ ਦਾ ਮੈਨੂੰ ਸ਼ੌਕ ਹੈ ਅੱਛਾ ਫਿਲਮਾਂ 'ਚ ਕੰਮ ਕਰਨਾ ਤੇ ਹਨੀਫ ਭਾਈ ਹੈਗਾ ਪ੍ਰੋਡਿਊਸਰ ਮੈਂ ਕਿਹਾ ਮੈਨੂੰ ਕੰਮ ਦਵਾ ਦੇ ਮੈਂ ਡਾਇਲੌਗ ਬੋਲ ਲੈਣਾ ਬੜੀ ਬੜੀ ਐਕਟਿੰਗ ਕੋਈ ਡਾਇਲੌਗ ਸੁਣਾ ਫਿਰ ਕੋਈ ਸੁਣਾ ਡੋਲੀ ਤੋਂ ਹੱਥ ਚੁੱਕ ਲੈ ਬੁਲੰਦਿਆ ਹਾ ਜਿਨਾ ਪੈਣਾ ਦੇ ਵੀਰ ਜਿਉਂਦੇ ਹੋਣ ਉਹਨਾਂ ਦੀ ਡੋਲੀ ਮੌਤ ਵੀ ਨਹੀਂ ਚੱਕ ਸਕਦੀ ਉਹ ਤੂੰ ਡਾਇਲੌਗ ਬੋਲ ਤੂੰ ਐਕਸ਼ਨ ਹੀਰੋ ਬਣਨ ਆਇਆ ਉਹ ਭਾਜੀ ਉਹ ਜਜ਼ਬਾਤੀ ਜਿਹਾ ਹੋ ਜਾਂਦਾ ਵਿੱਚ ਹੋਰ ਤੁਸੀਂ ਇੰਜ ਨਾ ਕਰ ਇਹਨਾਂ ਵਰਗਾ ਕੋਲੀ ਤੋਂ ਹੱਥ ਚੋ ਕੈਸੀ ਗੱਲ ਸੁਲਤਾਨ ਆਈ ਤੋਂ ਸਿੱਧਾ ਮੁਲਤਾਨ ਆਈ ਬਣ ਗਿਆ ਕਹਿੰਦਾ ਆ ਕਹਿੰਦਾ ਇਹਨੂੰ ਕਿਹਾ ਕਰੋ ਕੋਲੀ ਤੋਂ ਹੱਥ ਚੁੱਕ ਲੈ ਬੁਲੰਦਿਆ ਡੋਲੀ ਤੋਂ ਨਹੀਂ ਕੋਲੀ ਤੋਂ ਵਾਹ ਵੀ ਵਾਹ ਆ ਲੱਗਣੀ ਤਾਂ ਨਹੀਂ ਹੋਰ ਭਾਜੀ ਗੱਲ ਇੰਜ ਕੀ ਭਾਜੀ ਹੋਰ ਸੁਣਾਵਾਂ ਨਹੀਂ ਤੁਸੀਂ ਰਹਿਣ ਦਿਓ ਨਹੀਂ ਵੇਖ ਲਓ ਉਹਨੂੰ ਸੁਣਾ ਫਿਰ ਜੇ ਡਾਇਲੌਗ ਸੁਣਾਣੀ ਤੇ ਇਹਨੂੰ ਸਮਝਾ ਲਓ ਚੱਤ ਸਾਹਿਬ ਜੇ ਸ਼ੇਰ ਖਾਨ ਦੇ ਥੱਲੇ ਕਾਲਾ ਘੋੜਾ ਫੇਰ ਆ ਗਿਆ ਤੇ ਰੱਬ ਦੀ ਸੋਈ ਅਦਾਲਤ ਤੋਂ ਲੈ ਕੇ ਅਹਿਮਦ ਖਾਨ ਦੇ ਘਰ ਤੱਕ ਆ ਤੂੜ ਤਾਂ ਸਵਾ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਉਹ ਗੱਲ ਛੋੜ ਓਏ ਉਹ ਠਹਿਰ ਅੱਛਾ ਅੱਛਾ ਫਿਕਰੇ ਹਾਂਜੀ ਇਹ ਹੁਣ ਤੂੰ ਫਿਕਰੇ ਬੋਲ ਤੁਹਾਨੂੰ ਕਿਉਂ ਫਿਕਰੇ ਪਾਣਾ ਮੇਰਾ ਗੱਲ ਵੀ ਨਾ ਜਾਵੇ ਉਹਦਾ ਗੱਲ ਵੀ ਨਾ ਜਾਵੇ ਹਾਂ ਹਾਂ ਓਏ ਗੱਲ ਸੁਣ ਇੱਕ ਮਿੰਟ ਠਹਿਰ ਯਾਰ ਤੇਰੇ ਕੋਲ ਟੁੰਡੇ ਦੀ ਐਕਟਿੰਗ ਆਂਦੀ ਆਂਦੀ ਭਾਜੀ ਉਹ ਕਰ ਮੁਨਵਰ ਜਰੀਫ ਸਾਹਿਬ ਦਾ ਇਹ ਉਸ ਵਕਤ ਦਾ ਵਾਕਿਆ ਹੈ ਅੱਛਾ ਜਦ ਮੈਂ ਬੇਲਾਪੁਰ ਥਾਣੇ ਮੇ ਥਾ ਬੇਲਾਪੁਰ 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 ਸ਼ੋਲੇ ਫਿਲਮ ਨਹੀਂ ਵੇਖੀ ਦੱਸ ਸਹੀ ਨਾ ਪਹਿਲਾਂ ਕਿਹੜੀ ਫਿਲਮ ਦਾ ਬੇਲਾਪੁਰ ਗੱਬਰ ਸਿੰਘ ਬਗੈਰ ਉਹ ਜਿਹੜਾ ਠਾਕਰ ਬਗੈਰ ਬਾਵਾਂ ਤੋਂ ਅੱਛਾ ਬੇਲਾਪੁਰ ਥਾਣੇ ਮੇ ਥਾ ਅੱਛਾ ਬੇਲਾਪੁਰ ਹੀ ਸੀ ਨਾ ਸਾਨੂੰ ਕੀ ਪਤਾ ਤੂੰ ਕੈਦ ਕੱਟ ਗਿਆ ਅਸੀਂ ਕੱਟ ਗਏ ਬੇਲਾਪੁਰ ਥਾਣੇ ਮੇ ਥਾ ਉਸ ਵਕਤ ਵਾਹ ਪੇ ਗੱਬਰ ਸਿੰਘ ਆਇਆ ਤੋ ਠਾਕਰ ਕੇ ਹੋਤੇ ਹੋਏ ਗੱਬਰ ਸਿੰਘ ਕੀ ਕਿਆ ਓਏ 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 ਤੂੰ ਤੇ ਬਾਵੇਂ ਨਹੀਂ ਹੁੰਦੀ ਠਾਕੁਰ ਦੀਆਂ ਭਾਜੀ ਫਿਲਮ ਚ ਨਹੀਂ ਹੁੰਜੇ ਤੇ ਹੈ ਸੀ ਨਾ ਉਹ ਜੀ ਤੂੰ ਕੀ ਲੰਡਾ ਦਾ ਠਾਕੁਰ ਹੈ ਤੇ ਭਾਜੀ ਇਹ ਦੱਸ ਦੇ ਨਹੀਂ ਪਤਾ ਮੇਰੀ ਐਕਟਿੰਗ ਨਿਕਲਣ ਡਈ ਹੈ ਫਿਰ ਯਾਰ ਤੂੰ ਐਕਟਰ ਬਹੁਤ ਅੱਛਾ ਮੇਰੀ ਗੱਲ ਸੁਣ ਹਾਂ ਪਰ ਤੂੰ ਬੰਦਾ ਜ਼ਰਾ ਵੀ ਨਹੀਂ ਅੱਛਾ ਵਜਾ ਉਹ ਜਿਵੇਂ ਤੂੰ ਆ ਕੇ ਸਾਡੇ ਗੱਲ ਪੈ ਰਿਆ ਵੇਂ ਭਾਜੀ ਉਹ ਜਦੋਂ ਡਾਇਲੌਗ ਬੰਦਾ ਬੋਲਦਾ ਵੀ ਜਜ਼ਬਾਤੀ ਤੇ ਹੋ ਹੀ ਜਾਂਦਾ
यार तू जज्बाती की होई ना, तेरी की सिम निकल जांदी। मेहरबानी मेहरबानी अपीला सी भी सुटना ही है इहदे उत्ते सुटो। ਤੇਰਾ ਦਿਮਾਗ ਖਰਾਬ ਹੈ ਜਾਣ ਕਰਨਾ। ਫਿਲਮ ਦਾ ਬਾਜੀ ਮੈਨੂੰ ਕੰਮ ਕਰਨ ਦਾ ਬੜਾ ਸ਼ੌਕ ਹੈ। ਡਰਾਮੇ ਚ ਮੈਂ ਆਵਾਂ, ਫਿਲਮਾਂ ਚ ਆਵਾਂ, ਮੈਂ ਤੁਹਾਨੂੰ ਜੁਗਤਾ ਮਾਰਾਂ। ਅੱਛਾ ਹਾਂ, ਤੁਹਾਡਾ ਮੂੰਹ ਇੰਜ ਜਿਵੇਂ ਬੱਚੇ ਦਾ ਢਿੱਡ ਹੁੰਦਾ। ਠੀਕ ਹੈ ਨਾ ਬਾਜੀ, ਸਹੀ ਲੱਗੀ ਨਾ? ਸਹੀ ਲੱਗੀ। ਤੁਹਾਡਾ ਮੂੰਹ ਇੰਜ ਜਿਵੇਂ ਬੱਚੀਆਂ ਦੇ ਟਾਫੀ ਹੁੰਦੀ। ਤੁਹਾਡਾ ਮੂੰਹ ਇੰਜ ਹੁੰਦਾ ਜਿਵੇਂ ਕਿਸੇ ਦਾ ਲਵਾਇਆ ਹੁੰਦਾ ਬਾਜੀ। ਸਹੀ, ਤੁਹਾਡਾ ਮੂੰਹ ਇੰਜ ਜਿਵੇਂ ਡੱਡੂ ਚਾਰਜਰ ਹੁੰਦਾ। ਤੁਹਾਡਾ ਮੂੰਹ ਇੰਜ ਜਿਵੇਂ ਅੱਬੂ ਚਾਰਜਰ ਹੁੰਦਾ। ਤੁਹਾਡਾ ਮੂੰਹ ਆ ਸਫਰ ਹੈ, ਮੇਰੀ ਵਾਰੀ ਆ। ਮਕਾਨ ਦੀ ਨੁੱਕਰ ਹੁੰਦੀ। ਕਿਹੜੇ ਮਕਾਨ ਦੀ? ਕਿਸੇ ਦੀ, ਕਿਸੇ ਦੀ ਵੀ। ਉਹ ਹਨੀਫ ਦੇ ਮਕਾਨ ਦੀ ਨੁੱਕਰ ਹੁੰਦੀ। ਤੁਹਾਡਾ ਮੂੰਹ ਭਲਾ ਹਨੀਫ ਦਾ ਮਕਾਨ ਕਿੱਥੇ ਭਾਜੀ? ਉਹ ਸਾਨੂੰ ਨਹੀਂ ਪਤਾ, ਜੁੱਤਾ ਕਰਨਾ ਹੋਣਾ ਇੱਥੇ ਆ। ਕਰਦਾ ਕਿਵੇਂ? ਤੇਰਾ ਮੂੰਹ ਇੰਜ ਜਿਵੇਂ ਬਦਖਦਾਂ ਅੰਡਾ ਹੁੰਦਾ। ਤੁਹਾਡਾ ਮੂੰਹ ਇੰਜ ਜਿਵੇਂ ਚੌਂਕ 'ਚ ਮੰਜਾ ਡਾਇਆ ਹੁੰਦਾ। ਤੁਹਾਡਾ ਮੂੰਹ ਭਲਾ ਇੰਜ ਅੱਗੇ ਜਾ ਕੇ ਇੰਜ। ਤੁਹਾਡਾ ਮੂੰਹ ਇੰਜ ਜਿਵੇਂ ਸ਼ਰਕਪੁਰ ਦੇ ਟੂਲ ਪਲਾਜ਼ਾ ਤੇ ਬਾਂਦਰੀ ਬੰਨੀ ਹੁੰਦੀ। ਤੁਹਾਡਾ ਮੂੰਹ ਭਲਾ ਇੰਜ? ਮੈਨੂੰ ਨਹੀਂ ਪਤਾ ਇੰਜ। ਤੁਹਾਡਾ ਮੂੰਹ ਭਲਾ ਕਿੰਜ? ਜਿਵੇਂ ਰੋਸ਼ਨਦਾਨ ਚ ਬੱਕਰਾ ਫਸਿਆ ਹੁੰਦਾ। ਤੁਹਾਡਾ ਮੂੰਹ ਕਿਹਦਾ ਕਿੰਜ? ਕਿੰਜ ਦੱਸ, ਕਿੰਜ ਤੇ ਮੈਨੂੰ ਕੀ ਪਤਾ? ਤੁਹਾਡਾ ਮੂੰਹ ਇੰਜ ਜਿਵੇਂ ਲੋਟਾ ਫਿਸਿਆ ਹੁੰਦਾ। ਇਹਦਾ ਮੂੰਹ ਭਲਾ ਕਿੰਜ? ਕਿੰਜ ਕਸਾਈ ਦੇ ਫੱਟੇ ਥੱਲੇ ਨਹੀਂ ਬੈਠੇ ਹੁੰਦੇ? ਨਹੀਂ, ਉੱਥੇ ਨਹੀਂ ਬੈਠੇ ਹੁੰਦੇ। ਅੱਜ ਕੱਲ ਗਰਮੀ ਚੱਲ। ਤੁਹਾਡਾ ਮੂੰਹ ਇੰਜ ਜਿਵੇਂ ਮਾਲ ਗੱਡੀ ਚ ਖੋਤਾ ਲੱਦਿਆ ਹੁੰਦਾ। ਤੇਰਾ ਮੂੰਹ ਇੰਜ ਜਿਵੇਂ ਸਦਕੇ ਦਾ ਬੱਕਰਾ ਹੁੰਦਾ। ਉਹਦਾ ਮੂੰਹ ਵੇਖੋ ਜਿਵੇਂ ਇਹਦਾ ਹੁੰਦਾ। ਇਹਦਾ ਮੂੰਹ ਦੇਖੋ ਜਿਵੇਂ ਇੱਕ ਪਰ ਵਾਲਾ ਪੱਖਾ ਹੁੰਦਾ। ਇਹਦਾ ਇਹਦਾ ਮੂੰਹ ਵੇਖੋ ਜਿਵੇਂ ਧੁੱਪ ਚ ਹੁੰਦਾ। ਇਹਦਾ ਮੂੰਹ ਵੇਖੋ ਬਾਂਦਰਾਂ ਦਾ ਸਿਆਣਾ ਹੁੰਦਾ। ਤੁਹਾਡਾ ਮੂੰਹ ਇੰਜ ਜਿਵੇਂ ਬਾਕੀ ਮਹੱਲੇ ਵਾਲੇ ਵਿੱਚ ਮੂੰਹ ਜਮਾ ਕਰਾਉਂਦੇ ਹੁੰਦੇ। ਇਹਦਾ ਮੂੰਹ ਇੰਜ ਜਿਵੇਂ ਪਾਗਲ ਹਸਪਤਾਲ ਦਾ ਚੌਕੀਦਾਰ ਹੁੰਦਾ। ਇਹਦਾ ਇਹਦਾ ਮੂੰਹ ਇੰਜ ਜਿਵੇਂ ਅੰਬ ਚੋਂ ਗਿਟਕ ਬਾਹਰ ਆਈ ਹੁੰਦੀ। ਤੁਹਾਡਾ ਮੂੰਹ ਇੰਜ ਜਿਵੇਂ ਕੰਜਰਾਂ ਦੇ ਮੁੰਡੇ ਹੁੰਦੇ। ਦੱਸ ਦੱਸ ਵਾਜੀ ਵਾ ਵਾਜੀ ਵਾ ਵਾਜੀ ਵਾ ਐ ਸਹੀ ਹੈ ਭਾਜੀ, ਪੱਕੀ ਲੱਗੀ। ਚੱਲ ਉੱਠੇ ਤੋਂ ਚੱਲ ਭਾਜੀ, ਮੈਨੂੰ ਦੇ ਦਿਓ ਆਪਣਾ ਹਨੀਫ ਇਕੱਠਾ ਕਰ ਤੇ ਨਿਕਲ ਤੋਂ। ਚੱਲ ਮੈਂ ਫਿਲਮਾਂ 'ਚ ਕੰਮ ਕਰਨਾ ਯਾਰ। ਫਿਰ ਇੱਕ ਡਾਇਲੌਗ ਸਹੀ ਵਾਲਾ ਸੁਣਾ। ਅੱਛਾ, ਹੱਥ ਚਲਾਏ ਬਗੈਰ ਬੰਦਿਆਂ ਵਾਂਗੂ, ਫਿਰ ਤੈਨੂੰ ਹਨੀਫ ਸਾਹਿਬ ਦੇ ਘਰ ਪਹੁੰਚਾ ਦੇਵਾਂਗੇ। ਚੱਲ ਫਿਲਮਾਂ 'ਚ ਕੰਮ ਕਰਨਾ। ਹਾਂ ਭਾਜੀ, ਪਹਿਲਾਂ ਤੈਨੂੰ ਘਰਾਂ ਦਾ ਕੰਮ ਕਰਨਾ ਪੈਣਾ। ਲਓ ਜੀ, ਫਿਰ ਮੈਂ ਤੁਹਾਨੂੰ ਡਾਇਲੌਗ ਸੁਣਾਉਣਾ ਭਾਜੀ। ਸੁਣਾਓ ਜੀ। ਜਜ਼ਬਾਤੀ ਜਿਹਾ ਹੋ ਕੇ। ਨਹੀਂ, ਜਜ਼ਬਾਤੀ ਸਾਡੇ ਤੇ ਨਹੀਂ ਹੋਣਾ। ਇੰਨੀ ਦੇਰ ਬਾਅਦ ਮੇਰੇ ਪਿਓ ਦੇ ਕਾਤਲ ਦਾ ਪਤਾ ਦੱਸਿਆ ਈ ਮਾਂ, ਅੱਜ ਤੇਰਾ ਪੁੱਤਰ ਇੱਟ ਨਾਲ ਇੱਟ ਖੜਕਾ ਦੇਗਾ ਤੇ ਆਪਣੇ ਪਿਓ ਦੇ ਕਾਤਲ ਨੂੰ ਕਬਰ ਚ ਸਵਾ ਕੇ ਵਾਪਸ ਆਏਗਾ। ਬਾਪ ਨਿਕਲੋ ਜਗੀਰਦਾਰ, ਇਹ ਪੰਜ ਨਾਲ ਅੱਜ ਮੈਂ ਤੇਰੇ ਕੋਲੋਂ 20 ਸਾਲ ਦਾ ਹਿਸਾਬ ਲੈਣਾ ਹੀ ਆ। ਬਾਪ ਨਿਕਲੋ।